ਹੈਲੋ ਮੇਰੇ ਗੱਭਰੂ ਚਸਕੋਰੀਓ ਅਤੇ ਸੋਹਣੀਓ ਸੁਨੱਖੀਓ ਚਸਕੋਰੀਓ, ਕੀ ਹਾਲ ਹੈ ਤੁਹਾਡਾ? ਮੈਂ ਉਮੀਦ ਕਰਨਾ ਕਿ ਤੁਸੀਂ ਬਿਲਕੁਲ ਠੀਕ ਠਾਕ ਮਜ਼ੇ ਵਿੱਚ ਹੋਵੋ ਤੇ ਮੈਂ ਬਿਲਕੁਲ ਠੀਕ ਠਾਕ ਤੁਹਾਡੀਆਂ ਦੁਆਵਾਂ ਨਾਲ। ਅਤੇ ਅੱਜ ਵੀ ਕਿਸੇ ਵੀਡੀਓ 'ਤੇ ਰਿਐਕਟ ਕਰਨੇ ਜਾ ਰਹੇ ਹਾਂ ਅਤੇ ਵੀਡੀਓ ਹੈ ਇੱਕ ਪੰਜਾਬੀ ਗਾਣਾ ਸੇਕ ਲੈਣ ਦੇ, ਏਕੇ ਦਾ ਗਾਣਾ। ਅਤੇ ਇਸ ਗਾਣੇ ਦੀ ਕਾਫੀ ਫਰਮਾਇਸ਼ਾਂ ਆਈਆਂ ਨੇ। ਮੈਂ ਗਾਣਾ ਸੁਣਿਆ ਨਹੀਂ ਅਤੇ ਮੈਂ ਵੀ ਪਹਿਲੀ ਵਾਰ ਸੁਣਿਆ, ਤਾਂ ਤੁਸੀਂ ਜੇ ਪਹਿਲਾਂ ਸੁਣ ਚੁੱਕੇ ਹੋ ਫਿਰ ਦੁਬਾਰਾ ਮੇਰੇ ਨਾਲ ਸੁਣ ਸਕਦੇ ਹੋ। ਜੇ ਤੁਸੀਂ ਨਹੀਂ ਸੁਣਿਆ ਪਹਿਲਾਂ ਤਾਂ ਫਿਰ ਮੇਰੇ ਨਾਲ ਹੀ ਸੁਣੋ। ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਉ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਪੋਰਟ ਕਰੋ, ਦਿਖਾਓ ਮੈਨੂੰ ਸਪੋਰਟ ਆਪਣੀ, ਅਤੇ ਕਿਉਂਕਿ ਮੈਂ ਹੋਰ ਮੋਟੀਵੇਟ ਹੋਵਾਂ ਵੀਡੀਓਜ਼ ਬਣਾਉਣ ਵਾਸਤੇ। ਮੈਂ ਆਲਰੇਡੀ ਕੋਸ਼ਿਸ਼ ਕਰ ਰਿਹਾ ਕਿ ਐਟਲੀਸਟ ਘੱਟ ਤੋਂ ਘੱਟ ਇੱਕ ਵੀਡੀਓ ਮੈਂ ਜ਼ਰੂਰ ਅਪਲੋਡ ਕਰਾਂ ਰੋਜ਼ ਦੀ। ਅਤੇ ਕੁਝ ਦਿਨ ਐਸੇ ਵੀ ਹੁੰਦੇ ਨੇ ਜਿਨ੍ਹਾਂ ਵਿੱਚ ਦੋ ਜਾਂ ਤਿੰਨ ਵੀਡੀਓਜ਼ ਵੀ ਹੁੰਦੀਆਂ ਰਹੀਆਂ ਨੇ। ਮੇਰਾ ਖਿਆਲ ਹੈ ਕਿ ਇਤਨੀ ਐਫਰਟ ਤੋਂ ਬਾਅਦ ਤੁਹਾਡੀ ਸਪੋਰਟ ਥੋੜ੍ਹੀ ਜ਼ਰੂਰੀ ਹੋ ਜਾਂਦੀ ਮੇਰੇ ਵਾਸਤੇ। ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਅਤੇ ਹੁਣ ਚੱਲਦੇ ਹਾਂ ਅੱਜ ਦੀ ਵੀਡੀਓ ਦੀ ਤਰਫ। ਸਪੀਡ ਰੈਕਰਡਸ ਸੇਕ ਲੈਣ ਦੇ। ਓਹੋ ਸੇਕ ਲੈਣ ਦੇ, ਤੂੰ ਮੈਨੂੰ ਸੇਕ ਲੈਣ ਦੇ, ਮੇਰੀ ਹਾਰ ਦੀ ਐ ਅੱਗ ਮੈਨੂੰ ਸੇਕ ਲੈਣ ਦੇ, ਸੇਕ ਲੈਣ ਦੇ, ਤੂੰ ਮੈਨੂੰ ਸੇਕ ਲੈਣ ਦੇ, ਮੇਰੀ ਹਾਰ ਦੀ ਐ ਅੱਗ ਮੈਨੂੰ ਸੇਕ ਲੈਣ ਦੇ, ਦੇਖ ਲੈਣ ਦੇ, ਤੂੰ ਮੈਨੂੰ ਦੇਖ ਲੈ। ਵਾਹ, ਬੜਾ ਵੀਅਰਡ ਸੀਨ। ਇਹ ਗੱਲ ਬਿਲਕੁਲ ਠੀਕ ਹੈ। ਮੇਰੇ ਹਾਲ ਮੈਨੂੰ ਐਗਜੈਕਟਲੀ ਪਤਾ ਨਹੀਂ, ਲੇਕਿਨ ਮੈਂ ਉਮੀਦ ਕਰਨਾ ਕਿ ਸਿਰਫ ਵੀਡੀਓ ਵਾਸਤੇ ਉਹ ਨਹੀਂ ਕਰ ਰਹੇ ਹੋਣੇ, ਬਾਕੀ ਉਹਨਾਂ ਨੇ ਕੀਤਾ ਹੋਣਾ, ਕਿਉਂਕਿ ਬੈਕਗਰਾਊਂਡ ਤੋਂ ਲੱਗ ਰਿਹਾ ਕਿ ਬਾਕੀ ਇਹ ਥੋੜ੍ਹੀ ਨਾ ਦਿਹਾਤੀ ਮਾਹੌਲ ਅਤੇ ਜਿਹੜੇ ਥੋੜ੍ਹੇ ਮਜਬੂਰ ਲੋਕ ਨੇ ਉਹਨਾਂ ਵਾਸਤੇ, ਅਤੇ ਉਹਨਾਂ ਨੂੰ ਜੇ ਤੁਸੀਂ ਦੇ ਰਹੇ ਹੋ ਤਾਂ ਬਹੁਤ ਅੱਛੀ ਗੱਲ ਹੈ। ਬੇਸ਼ੱਕ ਤੁਸੀਂ ਵੀਡੀਓ ਵਾਸਤੇ ਦੇ ਰਹੇ ਹੋ ਜਿਸ ਤਰ੍ਹਾਂ ਵੀ, ਲੇਕਿਨ ਜੇ ਉਹਨਾਂ ਨੂੰ ਕੁਛ ਮਿਲ ਰਿਹਾ ਤਾਂ ਬਹੁਤ ਅੱਛੀ ਗੱਲ ਹੈ। ਬਿਲਕੁਲ ਠੀਕ ਗੱਲ ਹੈ। ਜ਼ਬਰਦਸਤ, ਮੇਰੇ ਖਿਆਲ ਵਿੱਚ ਇਸ ਵੀਡੀਓ 'ਚ ਬਹੁਤ ਅੱਛਾ ਕੰਮ ਹੋਇਆ, ਜਿਹੜਾ ਗਰੀਬ ਜਾਂ ਜਿਹੜੇ ਥੋੜ੍ਹੇ ਲੋਕਾਂ ਨੂੰ ਜ਼ਰੂਰਤ, ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਕੀਤੀ ਗਈ ਹੈ ਜਿਹੜੀ। ਜ਼ਬਰਦਸਤ,
ਤੁਸੀਂ ਗਾਣਾ ਸੁਣਿਆ ਮੇਰੇ ਨਾਲ ਅਤੇ ਵੀਡੀਓ ਦੇਖੀ ਮੇਰੇ ਨਾਲ। ਐਕਚੁਲੀ ਇਹ ਵੀਡੀਓ ਨੇ ਮੈਨੂੰ ਯਾਦ ਕਰਵਾਈ ਹੈ ਡਰੇਕ ਦਾ ਗਾਣਾ ਆਇਆ ਸੀ ਕੁਝ ਅਰਸਾ ਪਹਿਲਾਂ, ਮੇਰੇ ਹਲਮੇ ਦਾ ਨਾਂ ਸੀ ਗਾਡਸ ਪਲੈਨ। ਉਹਦੇ ਵਿੱਚ ਵੀ ਐਕਚੁਲੀ ਡਰੇਕ ਨੇ ਨਾ ਜਾ ਕੇ ਗਰੀਬਾਂ ਦੀ ਮਦਦ ਵੀ ਕੀਤੀ ਸੀ, ਲੋਕਾਂ ਨੂੰ ਮਿਲਿਆ ਸੀ ਜਿਹੜੇ ਉਹਦੇ ਫੈਨਸ ਨੇ, ਅਤੇ ਉਹ ਐਕਚੁਲੀ ਨਾ ਇਮੋਸ਼ਨਲ ਕਰ ਦਿੰਦੀ ਹੈ ਤੁਹਾਨੂੰ ਵੀਡੀਓ, ਕਿਉਂਕਿ ਤੁਸੀਂ ਲੋਕਾਂ ਨੂੰ ਖੁਸ਼ ਦੇਖ ਕੇ ਖੁਸ਼ੀ ਨਾਲ ਰੋਂਦਿਆਂ ਦੇਖ ਕੇ ਜਜ਼ਬਾਤੀ ਹੁੰਦੇ ਦੇਖ ਕੇ ਖੁਦ ਵੀ ਇਮੋਸ਼ਨਲ ਅਤੇ ਜਜ਼ਬਾਤੀ ਹੋ ਜਾਂਦੇ ਹੋ। ਇਸ ਵੀਡੀਓ 'ਚ ਐਕਚੁਲੀ ਬਿਲਕੁਲ ਉਹੀ ਕੰਮ ਹੋਇਆ, ਅਤੇ ਇਸ ਵੀਡੀਓ ਦੀ ਹੱਸ ਗੱਲ ਜਿਹੜੀ ਮੈਨੂੰ ਲੱਗਦੀ ਉਹ ਹੈ ਕਿ ਇਹਦੇ 'ਚ ਨਾ ਕੋਈ ਵੱਡੀਆਂ ਕਾਰਾਂ ਦਿਖਾਈਆਂ ਗਈਆਂ ਨੇ, ਨਾ ਕੋਈ ਸੋਹਣੀਆਂ ਮਾਡਲਸ ਦਿਖਾਈਆਂ ਗਈਆਂ ਨੇ। ਇਸ ਗਾਣੇ ਵਿੱਚ ਪਿਆਰੇ ਬੱਚਿਆਂ ਦੀਆਂ ਸਮਾਈਲਾਂ ਦਿਖਾਈਆਂ ਗਈਆਂ ਨੇ, ਇਸ ਗਾਣੇ ਵਿੱਚ ਬੁੱਢੀਆਂ ਅੱਖਾਂ ਵਿੱਚ ਖੁਸ਼ੀ ਉਤਰਦੀ ਦਿਖਾਈ ਗਈ ਹੈ, ਅਤੇ ਇਸ ਗਾਣੇ ਵਿੱਚ ਜਿਹੜੀ ਨਾ ਦਿਲ ਦੀ ਖੁਸ਼ੀ ਦਿਖਾਈ ਗਈ ਹੈ, ਤਾਂ ਉਹ ਜਿਹੜੀ ਹੈ ਨਾ ਉਹ ਵਾਕਈ ਦਿਲ ਨੂੰ ਛੂਹ ਲੈਣ ਵਾਲੀ ਹੈ। ਮੈਂ AK ਦੇ ਬਾਰੇ 'ਚ ਕੋਈ ਜ਼ਿਆਦਾ ਨਹੀਂ ਜਾਣਦਾ ਐਕਚੁਲੀ, ਮੈਂ ਸ਼ਾਇਦ ਉਹਨਾਂ ਦਾ ਕੋਈ ਗਾਣਾ ਸੁਣਿਆ ਹੋਵੇ ਪਹਿਲਾਂ, ਲੇਕਿਨ ਮੈਨੂੰ ਐਗਜੈਕਟਲੀ ਯਾਦ ਨਹੀਂ ਹੈ। ਤਾਂ ਐਕਚੁਲੀ ਇਸ ਗਾਣੇ ਵਿੱਚ ਹੀ ਉਹਨਾਂ ਨੇ ਇੰਪ੍ਰੈਸ ਕੀਤਾ ਗਾਣੇ, ਮਤਲਬ ਵੀਡੀਓ 'ਤੇ ਇੱਕ ਜਗ੍ਹਾ ਹੈ ਅਤੇ ਉਹ ਜਾਂ ਵੀਡੀਓ ਦਾ ਕਨਸੈਪਟ ਆਪਣੀ ਜਗ੍ਹਾ ਹੈ, ਉਹ ਸ਼ਾਨਦਾਰ ਹੈ, ਉਹ ਐਕਚੁਲੀ ਦਿਲੀ ਖੁਸ਼ੀ ਹੋਈ ਹੈ ਮੈਨੂੰ ਸੁਣ ਦੇਖ ਕੇ। ਲੇਕਿਨ ਇਸਦੇ ਉਹਨਾਂ ਦੇ ਗਾਣ ਦਾ ਸਟਾਈਲ, ਉਹਨਾਂ ਦੇ ਗਾਣ ਦੀ ਆਵਾਜ਼, ਉਹਨਾਂ ਦਾ ਆਪਣਾ ਸਵੈਗ, ਉਹ ਵੀ ਜ਼ਬਰਦਸਤ ਸੀ। ਅਤੇ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦਾ ਕਿ ਲਿਰਿਕਸ ਵੀ ਐਕਚੁਲੀ ਬਿਲਕੁਲ ਤੁਹਾਨੂੰ ਨਾ ਕੁਛ ਪੈਗਾਮ ਦੇਣ ਵਾਲੇ ਸੀ, ਕੁਛ ਮੈਸੇਜ ਦੇਣ ਵਾਲੇ ਸੀ, ਐ ਨਹੀਂ ਸੀ ਕਿ ਬਸ ਸ਼ੁਗਰ ਮੇਲਾ ਲਿਓ। ਠੀਕ ਹੈ, ਸ਼ੁਗਰ ਮੇਲਾ ਵੀ ਹੋਣਾ ਚਾਹੀਦਾ, ਇਹਦੇ 'ਚ ਕੋਈ ਮਜ਼ਾਇਕਾ ਨਹੀਂ, ਲੇਕਿਨ ਕਦੇ ਕਦੇ ਇਸ ਟਾਈਪ ਦੇ ਗਾਣੇ ਵੀ ਹੋਣੇ ਚਾਹੀਦੇ ਨੇ ਜਿਹੜੇ ਸਾਨੂੰ ਕੁਛ ਸੋਚਣ 'ਤੇ ਮਜਬੂਰ ਕਰ ਦੇਣ। ਇਹਦੇ 'ਚ ਬਹੁਤ ਗੱਲਾਂ ਸੀ ਸੋਚਣ ਵਾਲੀਆਂ, ਅਤੇ ਕਿਉਂਕਿ ਇਤਨੀ ਖੁੱਲ੍ਹ ਕੇ ਐਕਚੁਲੀ ਕੀਤੀਆਂ ਗਈਆਂ ਨੇ ਕਿ ਉਹ ਤੁਹਾਡੀ ਸਮਝ ਵਿੱਚ ਵੀ ਆ ਰਹੀਆਂ ਨੇ, ਮੇਰੀ ਸਮਝ ਵਿੱਚ ਵੀ ਆ ਰਹੀਆਂ ਨੇ। ਅਤੇ ਮੈਂ ਤਾਂ ਐਕਚੁਲੀ ਬਹੁਤ ਇੰਪ੍ਰੈਸ ਹੋਇਆ ਇਸ ਗਾਣੇ ਤੋਂ, ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਸ ਗਾਣੇ ਨੂੰ ਪਸੰਦ ਕਰਦੇ ਹੋਵੋਗੇ। ਇਸ ਵਾਸਤੇ ਐਕਚੁਲੀ ਬਹੁਤ ਫਰਮਾਇਸ਼ਾਂ ਵੀ ਆ ਰਹੀਆਂ ਸੀ ਇਸ ਗਾਣੇ ਦੀਆਂ। ਤੁਸੀਂ ਮੈਨੂੰ ਦੱਸੋ ਕਿ ਇਸ ਆਰਟਿਸਟ ਦੇ ਬਾਰੇ 'ਚ, AK ਦੇ ਬਾਰੇ 'ਚ ਤੁਹਾਡਾ ਕੀ ਖਿਆਲ ਹੈ? ਤੁਸੀਂ ਇਹਨਾਂ ਦੇ ਹੋਰ ਕੋਈ ਗਾਣੇ ਸੁਣੇ ਨੇ ਮੈਨੂੰ ਦੱਸੋ ਇਸ ਬਾਰੇ ਵਿੱਚ। ਅਤੇ ਹੁਣ ਮੈਨੂੰ ਇਜਾਜ਼ਤ ਦੇਵੋ, ਲੇਕਿਨ ਇਜਾਜ਼ਤ ਦੇਣ ਤੋਂ ਪਹਿਲਾਂ ਤੁਸੀਂ ਇੱਕ ਕੰਮ ਕਰ ਦਿਓ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਕੁਛ ਕਰੋ ਤਾਂ ਸਹੀ ਨਾ, ਕੁਛ ਤੁਸੀਂ ਵੀ ਦਿਖਾਓ ਆਪਣੀ ਮੁਹੱਬਤ ਮੇਰੇ ਵਾਸਤੇ। ਅਤੇ ਹੁਣ ਮੈਂ ਚੱਲਣਾ, ਤੁਹਾਡੇ ਨਾਲ ਮੁਲਾਕਾਤ ਹੋਏਗੀ ਅਗਲੀ ਵੀਡੀਓ ਵਿੱਚ। ਉਸ ਵੇਲੇ ਤੱਕ ਤੁਸੀਂ ਆਪਣਾ ਬਹੁਤ ਖਿਆਲ ਰੱਖਣਾ, ਆਪਣੇ ਆਸ ਪਾਸ ਦੇ ਲੋਕਾਂ ਦਾ, ਆਪਣੇ ਫੈਮਿਲੀ ਦਾ, ਆਪਣੇ ਦੋਸਤਾਂ ਸਾਲ ਦਾ ਖਿਆਲ ਰੱਖਣਾ। ਔਰ ਜਿਹੜੇ ਸਾਡੇ ਦੋਸਤ ਫੈਮਿਲੀ ਨਹੀਂ ਨੇ, ਵੈਸੇ ਆਸ ਪਾਸ ਦੇ ਲੋਕ ਨੇ ਜਿੱਥੇ ਤੱਕ ਸਾਡੀ ਪਹੁੰਚ ਹੈ, ਉਹਨਾਂ ਨੂੰ ਖੁਸ਼ ਰੱਖਣਾ, ਉਹਨਾਂ ਦੀ ਹੈਲਪ ਕਰਨੀ ਹੈ, ਕਿਉਂਕਿ ਐਕਚੁਲੀ ਜਿਹੜਾ ਸਾਨੂੰ ਦਿੱਤਿਆ ਗਿਆ, ਜੇ ਕੋਈ ਵੀ ਸਾਡੇ ਕੋਲ ਪੈਸਾ, ਰਿਜ਼ਕ ਜੋ ਵੀ ਹੈ, ਉਹਦਾ ਇਹ ਮਤਲਬ ਨਹੀਂ ਕਿ ਐਕਚੁਲੀ ਕਿ ਅਸੀਂ ਦੂਸਰਿਆਂ ਤੋਂ ਬਿਹਤਰ ਜਾਂ ਵੱਡੇ ਹੋ ਗਏ ਹਾਂ। ਇਹਦਾ ਮਤਲਬ ਹੈ ਕਿ ਸਾਨੂੰ ਐਕਚੁਲੀ ਅਜ਼ਮਾਇਆ ਗਿਆ, ਸਾਨੂੰ ਅਜ਼ਮਾਇਆ ਗਿਆ ਪੈਸਾ ਦੇ ਕੇ ਜਾਂ ਸਹੂਲਤਾਂ ਦੇ ਕੇ, ਅਸੀਂ ਆਪਣੇ ਤੋਂ ਜਿਹੜੇ ਥੋੜ੍ਹੇ, ਜਿਨ੍ਹਾਂ ਕੋਲ ਥੋੜ੍ਹੇ ਹੀ ਹੈ, ਉਹਨਾਂ ਨਾਲ ਕੇ ਸਲੂਕ ਕਰਨੇ ਹੈ। ਜਿਨ੍ਹਾਂ ਕੋਲ ਥੋੜ੍ਹਾ ਦਾ ਮਤਲਬ ਨਹੀਂ ਕਿ ਉਹ ਨੀਵੇਂ ਨੇ ਜਾਂ ਉਹ ਸਾਡੇ ਤੋਂ ਘੱਟ ਨੇ, ਉਹ ਸਾਡੇ ਬਰਾਬਰ ਨੇ, ਬਲਕਿ ਸਾਡੀਆਂ ਸਾਰ ਅੱਖਾਂ 'ਤੇ ਨੇ। ਅਤੇ ਇਸ ਪੈਗਾਮ ਦੇ ਨਾਲ ਮੈਨੂੰ ਦੋ ਇਜਾਜ਼ਤ, ਫਿਰ ਮੁਲਾਕਾਤ ਹੋਏਗੀ ਅਗਲੀ ਵੀਡੀਓ ਵਿੱਚ। ਖੁਦਾ ਹਾਫਿਜ਼।